ਤੇ ਉਹਦੇ ਨਾਲ ਤੇ ਉਹਦੇ ਨਾਲ ਮੇਰੇ ਵਿਰੁੱਧ ਕਿੱਦਾਂ ਵਰਤਿਆ ਅੱਜ ਉਹਦੇ ਨਾਲ ਹੀ ਆਪਾਂ ਬਲੌਗ ਸ਼ੁਰੂ ਕਰਨ ਜਾ ਰਹੇ ਹਾਂ ਤੇ ਅੱਜ ਦੇ ਬਲੌਗ 'ਚ ਹੈਗਾ ਆਪਣਾ ਬਰਥਡੇ ਤੇ ਰਾਤ ਦਾ ਬਲੌਗ ਤੁਸੀਂ ਮਾੜਾ ਦੇਖੋ ਫਿਰ ਆਪਾਂ ਕੰਟੀਨਿਊ ਕਰਦੇ ਹਾਂ ਵੀਰੇ ਬਰਥਡੇ ਬੋਏ ਨਾ ਕਰੀ ਮੂੰਹ ਦਬਾ ਕੇ ਆ ਜਾ ਬਾਈ ਸਾਡਾ ਭਰਾ ਤੂੰ ਕਦੀ ਮੇਰੀਆਂ ਖੋਲ ਕੇ ਦੇਖਾਂਗਾ ਤੈਨੂੰ ਆਡੀਆਂ ਦਾ ਢੇਰ ਲਾ ਦੂ ਮੈਂ ਨਹੀਂ ਮੀਂਹ ਆ ਗਿਆ ਹੋਇਆ ਜਦੋਂ ਮੀਂਹ ਆ ਗਿਆ ਮੇਰੇ ਜਨਮ ਦਿਨ ਤੇ ਮੀਂਹ ਆਇਆ ਨਹੀਂ ਉਧਰ ਨੀ ਆਇਆ ਆ ਗਿਆ ਮੀਂਹ ਗਿੱਲਾ ਹੋ ਗਿਆ ਚੱਲ ਚੱਲ ਮੇਰੇ ਵੀਰ ਤੁਸੀਂ ਰਾਤ ਦਾ ਵਲੌਗ ਤਾਂ ਦੇਖ ਹੀ ਚੁੱਕੇ ਹੋ ਤੇ ਆਇਆ ਹੋਇਆ ਸੀ ਆਪਣਾ ਯਾਰ ਗੁਰੂ ਕਰਨ ਤੇ ਬਸ ਤੇ ਹੁਣ ਆਪਾਂ ਜਾ ਰਹੇ ਹਾਂ ਸਕੂਲ ਬਸ ਘੁੰਮ ਫਿਰ ਕੇ ਆ ਜਾਂਦੇ ਮੈਮ ਕੋਲ ਜਾ ਰਹੇ ਨੇ ਫਿਰ ਉਸ ਤੋਂ ਬਾਅਦ ਜਾਣਾ ਆਪਾਂ ਆਪਣੇ ਕਾਲਜ ਹਾਂਜੀ ਮੇਰੇ ਬਸ ਦੇਖ ਲਓ ਮੀਂਹ ਪੈਣ ਲੱਗ ਗਿਆ ਜਾ ਕੇ ਆਪਾਂ ਮਜ਼ਾ ਆ ਚੁੱਕਿਆ ਤੇ ਬਸ ਹੁਣ ਆਪਾਂ ਜਾ ਰਹੇ ਹਾਂ ਘਰੇ ਆਸਾ ਪਾਸਾ ਦੇਖ ਲਿਆ ਲਓ ਦੇਖ ਆਹ ਕੈਮਰਾ ਆਪਾਂ ਨੂੰ ਹੁਣ ਤੋਂ ਵਧੀਆ ਮਿਲ ਚੁੱਕਿਆ ਤੇ ਅਲਟਰਾ ਵਾਈਡ ਆ ਵਧੀਆ ਲੱਗਦਾ ਮੈਨੂੰ ਤਾਂ ਤੁਸੀਂ ਦੱਸਿਓ ਐਂਗਲ ਸਹੀ ਆ ਰਿਹਾ ਮੇਰਾ
ਫੜੇ ਗਏ ਗਾਇਸ। ਖੁੱਲ੍ਹਾ ਹੀ ਆ, ਹੈਂ ਲਵੇੜਨਾ ਨਹੀਂ ਰਿਹਾ ਮੈਂ ਆਪਦੇ ਆਪ, ਤਾਂ ਹੀ ਕਿਹਾ ਦੇ ਤਾਂ ਲਵੇੜਨਾ ਬਈ, ਫਿਰ ਮੈਨੂੰ ਕੁੜਤਾ ਲਾ ਲੈਣ ਦੇ। ਠੰਡੀ ਮੇਰੇ ਵੇਲੇ ਕੀ ਸੀ ਮੇਰੇ ਵੀਰੋ ਆਪਾਂ ਨਹਾ ਨੂ ਲਏ ਇੰਦਰ ਆਉਣ ਤੋਂ ਬਾਅਦ, ਅਤੇ ਹੁਣ ਆਪਾਂ ਜਾ ਰਹੇ ਹਾਂ ਮੰਦਰ। ਸੀਗਾ ਸੈਚਰਡੇ 6 ਜੁਲਾਈ, ਅਤੇ ਬਸ ਹੁਣ ਆਪਾਂ ਜਾ ਰਹੇ ਹਾਂ ਮੰਦਰ, ਅਤੇ ਉੱਥੇ ਮੱਥਾ ਟੇਕਦੇ ਹਾਂ, ਬਹਿੰਦੇ ਹਾਂ 10-15 ਮਿੰਟ, ਭਰਾ ਹੀ ਉੱਥੇ ਕੀਰਤਨ ਕਰਦਾ ਵਾ, ਬਸ ਪਹੁੰਚਣਾ ਹੈ। ਦੇਖੋ ਸ਼ਕਲ ਮੇਰੀ ਸਾਫ਼ ਨਹੀਂ ਆ ਰਹੀ, ਮੈਨੂੰ ਲੱਗ ਗਿਆ ਪਤਾ, ਮੈਂ ਦੇਖ ਲਿਆ ਬੈਕ ਜਾਣਾ ਕਰਕੇ, ਪਰ ਹੁਣ ਤੁਸੀਂ ਚਲਾ ਲਓ ਇਹਨੂੰ, ਅਤੇ ਬਸ ਹੁਣ ਆਪਾਂ ਪਹੁੰਚ ਗਏ। ਸੋਹਣ ਜੀ ਕੀ ਹਾਲ ਹੈ ਜੀ? ਅਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਮਾਰ ਰਲਦੀਪ ਸਿੰਘ ਹਵੇਲੀ ਦੇ ਵਿੱਚ, ਜਿਹੜੀ ਕਿ ਸਥਿਤ ਹੈ ਬੱਸੀਆਂ ਰੋਡ ਰਾਏਕੋਟ ਦੇ ਨੇੜੇ। ਅਤੇ ਦੇਖ ਲਓ ਕਿੰਨੀ ਸ਼ਾਂਤੀ ਹੈ ਇੱਥੇ, ਅਤੇ ਸ਼ਾਂਤੀ ਤਾਂ ਮੈਂ ਇੱਥੇ। ਹੈਲੋ ਗਾਇਸ, ਕਿੱਦਾਂ ਫਿਰ ਤਿਆਜ, ਉਹਦੇ ਨਾਲ ਆਪਾਂ ਵਲੋਗ ਸ਼ੁਰੂ ਕਰਨ ਜਾ ਰਹੇ ਹਾਂ। ਅਤੇ ਅੱਜ ਆਪਾਂ ਆਏ ਹੋਏ ਹਾਂ ਮਹਾਰਾਜਾ ਦਲੀਪ ਸਿੰਘ ਜੀ ਦੀ ਕੋਠੀ ਦੇ ਵਿੱਚ, ਜੋ ਕਿ ਬੱਸੀਆਂ ਦੇ ਵਿੱਚ ਆ। ਅਤੇ ਮੇਰੇ ਨਾਲ ਹੈਗੇ ਆ ਸਾਡੇ ਢਿੱਲੋ ਜੀ, ਠੀਕ ਹੈ ਜੀ? ਠੀਕ ਹੈ ਜੀ, ਹਾਂਜੀ, ਸਟਾਰਟ ਕਰੋ ਇੱਥੋਂ, ਆਪ ਦਿਖਾ ਦਿਓ ਡਿੱਗਿਆ। ਚਲੋ ਕੋਈ ਨਹੀਂ, ਦੇਖ ਲਓ ਆਪਾਂ ਨੂੰ ਪਰਚੀ ਮਿਲੀ ਆ ਨਾਲ, ਠੀਕ ਹੈ? ਅਤੇ ਆਹ ਹੈਗਾ ਹਿਸਟਰੀਸ, ਪੜ੍ਹ ਲਿਓ।
195 ਸਾਲ ਪੁਰਾਣਾ ਦਰਖਤ ਦੇਖ ਲਓ ਜੀ, ਲਿਖਿਆ ਵੀ ਹੋਇਆ ਉੱਤੇ। ਆਹ ਰੋਜ਼ ਲੱਗੇ ਹੋਏ ਆ, ਕਿੰਨਾ ਘੈਂਟ ਦਰਖਤ ਹੈ। ਬਹੁਤ ਵਧੀਆ ਬਣੀ ਹੋਈ ਹੈ। ਮੈਂ ਵੀ ਇੱਥੇ ਪਹਿਲੀ ਵਾਰੀ ਆਇਆ ਅਤੇ ਪਹਿਲੀ ਵਾਰ 'ਚ ਆਪਾਂ ਵਲੌਗ ਸ਼ੁਰੂ ਕਰਨ ਜਾ ਰਹੇ ਹਾਂ। ਥੋੜ੍ਹਾ ਘਾਹ ਦੀ ਪ੍ਰੋਬਲਮ ਆ, ਘਾਹ ਕੱਟਣ ਵਾਲਾ ਇੱਥੇ। ਜੇ ਕੋਈ ਆਦਕ ਮਸ਼ੀਨ ਆਪਦੀ ਨਾਲ ਲੈ ਕੇ ਆਏਗਾ ਜਾਂ ਇੱਥੇ ਕੱਟਣਾ ਤਾਂ ਖੁਰਪੇ ਖੁਰਪੇ ਨਾਲ ਲੈ ਕੇ ਆਏਗਾ, ਕਿਉਂਕਿ ਦੇਖੋ ਇੱਥੇ ਘਾਹ ਨਹੀਂ ਕੱਟਿਆ। ਦੇਖੋ ਕਿੰਨੀ ਘੈਂਟ ਦੇਖ ਲਾ ਹੈ। ਦੇਖ ਅੰਦਰ ਜਾਣ ਦਿੰਦੇ, ਅੰਦਰ ਸ਼ੂਟਿੰਗ ਕਰਨੀ ਹੈ ਨਾ, ਸ਼ੂਟਿੰਗ ਨਹੀਂ ਕਰਨੀ। ਇੱਥੇ ਕੈਮਰਾ ਲੈ ਕੇ ਰਹਿਣਾ ਅਲਾਊਡ ਨਹੀਂ ਹੈਗਾ, ਅਤੇ ਆਪਾਂ ਵੀ ਨਹੀਂ ਹਜੇ ਗਏ। ਆਪਾਂ ਚੱਲਦੇ ਹਾਂ ਇਹਦੇ ਅੰਦਰ ਥੋੜ੍ਹੀ ਦੇਰ ਦੇ ਅੰਦਰ। ਆਪਾਂ ਪਹਿਲਾਂ ਇੱਧਰ ਨੂੰ ਘੁੰਮ ਲਈਏ। ਕੈਫੇਟੇਰੀਆ ਬਣਿਆ ਹੋਇਆ ਪਰ ਮੈਨੂੰ ਦਿਖਦਾ ਨਹੀਂ ਪਿਆ ਕੋਈ। ਉਹ ਕੈਫੇਟੇਰੀਆ ਦੇਖੋ ਗਾਇਸ, ਪੁਰਾਣੇ ਜ਼ਮਾਨੇ ਦੇ ਗੇਟ। ਅੰਦਰ ਕੋਈ ਬੰਦਾ ਬੈਠਾ, ਕੀ ਹੈ ਇੱਧਰ ਕੋਈ ਹੋਊਗਾ ਅੰਦਰ? ਗਾਇਸ ਆ ਕੀ ਚੀਜ਼ ਆ ਦੱਸੀ ਮੇਰੇ ਵੀਰੋ, ਟਾਵਰ ਆ ਮੈਨੂੰ ਤਾਂ ਸ਼ਾਇਦ ਲੱਗਦਾ ਸੋਲਰ ਪੈਨਲ। ਅਸੀਂ ਹੁਣੇ ਇਹਦੇ ਵਿੱਚ ਸੀਗੇ, ਲਾਇਬ੍ਰੇਰੀ ਬਣੀ ਹੋਈ ਹੈ ਇੱਕ ਤਰ੍ਹਾਂ ਦੀ, ਅਤੇ ਆਹ ਵਾਸ਼ਰੂਮਸ ਆ ਗਏ, ਅਤੇ ਹੁਣ ਢਿੱਲੋ ਜੀ ਗਏ ਨੇ ਸਾਹਮਣੇ ਪਾਣੀ ਪੀਣ, ਜੋ ਕਿ ਬੰਦ ਨਿਕਲ ਗਿਆ। ਅਤੇ ਹੁਣ ਇੱਧਰ ਤਾਂ ਸਾਰਾ ਖਾਲੀ ਹੈ, ਅਤੇ ਉਹ ਆ ਜੋ ਮਿਊਜ਼ੀਅਮ ਉਹ ਬੰਦ ਪਿਆ। ਉਹ ਬੰਦ ਨਹੀਂ ਮੀਨਸ ਉਹਦੇ ਅੰਦਰ ਵੀਡੀਓ ਬਣਾਉਣੀ ਅਲਾਊਡ ਨਹੀਂ ਕਰਦੇ, ਅਤੇ ਆਪਾਂ ਆਪਣੀਆਂ ਫੋਟੋਆਂ ਖਿੱਚ ਰਹੇ ਹਾਂ ਨਜ਼ਾਰੇ ਨਾਲ। ਬਸ ਪਾਣੀ ਪੂਣੀ ਦੇਖਦੇ ਹਾਂ, ਪਿਆਸ ਲੱਗ ਗਈ ਅਤੇ ਚੱਲਦੇ ਹਾਂ। ਅਤੇ ਮੇਰੇ ਵੀਰੋ ਆਹ ਚੇਂਜਿੰਗ ਰੂਮ ਬਣੇ ਹੋਏ ਆ, ਦੇਖੋ ਇੰਨੇ ਪੁਰਾਣੇ ਬਣੇ ਹੋਏ ਆ।
ਅਤੇ ਮੇਰੇ ਵੀਰੇ ਉਹਦੇ ਨਾਲ ਹੀ ਆਪਾਂ ਅੰਦਰ ਜਾ ਚੁੱਕੇ ਹਾਂ, ਜਿਵੇਂ ਕਿ ਤੁਸੀਂ ਦੇਖ ਹੀ ਲਿਆ, ਅਤੇ ਅੰਦਰ ਵੀ ਆਪਾਂ ਥੋੜ੍ਹੀਆਂ ਜਿਹੀਆਂ ਵੀਡੀਓ ਬਣਾ ਲਈਆਂ ਸੀ, ਅਤੇ ਦੇਖ ਲਈਓ ਤੁਸੀਂ ਉਹ ਵੀ। ਅਤੇ ਹੁਣ ਆਪਾਂ ਜਾ ਰਹੇ ਹਾਂ ਘਰੇ, ਅਤੇ ਹੁਣ ਆਪਾਂ ਜਾ ਰਹੇ ਹਾਂ ਘਰੇ, ਗਰਮੀ ਬਹੁਤ ਹੈ, ਠੰਡ 'ਚ ਆਈਓ ਜਿੰਨੇ ਵੀ ਆਉਣਾ। ਪ੍ਰੀ ਵੈਡਿੰਗ ਵਾਸਤੇ ਹੁਣ ਵਧੀਆ ਸੀ, ਅਤੇ ਚਲੋ ਹੁਣ ਆਪਾਂ ਉਹਦੇ ਨਾਲ ਮਿਲਦੇ ਹਾਂ ਆਪਾਂ ਘਰੇ ਜਾਂਦੇ ਜਾਂਦੇ। ਉਹਦੇ ਨਾਲ ਮੇਰੇ ਵੀਰੋ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਹਾਂ, ਉਹਦੇ ਨਾਲ ਹੀ ਨੈਕਸਟ ਵਲੋਗ 'ਚ ਮਿਲਾਂਗੇ ਕਿਤੇ ਵਧੀਆ ਜਿਹੀ ਟ੍ਰਿਪ 'ਤੇ। ਅਤੇ ਬਸ ਹੁਣ ਆਪਾਂ ਘਰ ਆ ਚੁੱਕੇ ਹਾਂ।